ਤੇ ਸਹੋਬਤ ਬਹੁਤ ਹੀ ਸਤਿਕਾਰਯੋਗ ਸ਼ਖੀਅਤਾਂ ਤੇ ਮੇਰੇ ਸਾਹਮਣੇ ਹਾਜ਼ਰੀਨ ਬਹੁਤ ਹੀ ਸੂਝਮਾਨ ਸ਼ਰਤਾਂ ਕਰਨ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 550 ਸਾਲਾ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਗੋਸ਼ਟੀ ਜਿਹੜੀ ਹੈ ਸਾਡੇ ਕੋਲ ਅਸੀਂ ਕਰਨ ਜਾ ਰਹੇ ਹਾਂ ਕਿ ਸਰਬ ਸੰਝਾ ਗੁਰੂ ਨਾਨਕ ਜਨਮ ਸਾਖੀਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਮੇਜ ਸਾਡੇ ਸਾਹਮਣੇ ਆਉਂਦਾ ਹੈ ਉਹ ਸਾਡੇ ਸਾਹਮਣੇ ਹੈ ਕਿ ਬਾਬਾ ਨਾਨਕ ਕੌਣ ਨੇ ਜਦੋਂ ਬਾਬਾ ਜੀ ਵਹੀਂ ਪ੍ਰਵੇਸ਼ ਤੋਂ ਬਾਹਰ ਆਉਂਦੇ ਨੇ ਤਾਂ ਗੁਰੂ ਸਾਹਿਬ ਦੇ ਸਾਹਮਣੇ ਇੱਕ ਬੜੀ ਵੱਡੀ ਸਮੱਸਿਆ ਹੈ ਜ ਜਦੀ ਗੱਲ ਕਰਦੇ ਨੇ ਕਿ ਸਾਂਝ ਨਹੀਂ ਹੈ ਸਮਾਜ ਦੇ ਵਿੱਚ ਕਹਿਣਾ ਪੈਂਦਾ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਉਹ ਸਾਂਝ ਨਹੀਂ ਦਿਖਾਈ ਦੇ ਰਹੀ ਗੁਰੂ ਨਾਨਕ ਸਾਹਿਬ ਨੂੰ ਜਿਹੜੀ ਸਮਾਜ ਦੇ ਵਿੱਚ ਹੋਣੀ ਚਾਹੀਦੀ ਹੈ ਭਾਈ ਗੁਰਦਾਸ ਜੀ ਵਿਆਖਿਆ ਕਰਦੇ ਨੇ ਕਿ ਸਾਂਝ ਕਿਉਂ ਨਹੀਂ ਹੈ ਸਮਾਜ ਦੇ ਵਿੱਚ ਸਾਂਝ ਇਸ ਕਰਕੇ ਨਹੀਂ ਹੈ ਭਾਈ ਗੁਰਦਾਸ ਜੀ ਦੱਸਦੇ ਨੇ ਕਿਉਂਕਿ ਸਮਾਜ ਦੇ ਵਿੱਚ ਹਰ ਵਿਅਕਤੀ ਆਪਣੇ ਆਪ ਦੇ ਨਾਲ ਜੁੜਿਆ ਹੋਇਆ ਤੇ ਦੂਜੇ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ ਦੂਜੇ ਨੂੰ ਪ੍ਰਵਾਨ ਕਰਨਾ ਦੂਜੇ ਨੂੰ ਅਕਸੈਪਟ ਕਰਨਾ ਦੂਜੇ ਦੀ ਹੋਂਦ ਨੂੰ ਪ੍ਰਵਾਨ ਕਰਨਾ ਸਤਿਕਾਰ ਕਰਨਾ ਜਿਹੜਾ ਹੈ ਇਹ ਸਮਾਜ ਦੇ ਵਿੱਚੋਂ ਮੰਫੀ ਹੋ ਗਿਆ ਹੈ ਇਹ ਇਹ ਬੜਾ ਵੱਡਾ ਇੱਕ ਚੈਲੰਜ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਇਹੋ ਜਿਹੀ ਸਥਿਤੀ ਹੈ ਚਾਰ ਵਰਨ ਚਾਰ ਮਾਜੇ ਪੰਜ ਅਗ ਵਿੱਚ ਹਿੰਦੂ ਮੁਸਲਮਾਨੇ ਖੁਦ ਹੀ ਵਕੀਲ ਤਖਬਰੀ ਖਿੰਚੋ ਤਾਨ ਕਰਨ ਤੇ ਜਾਣੇ ਗੰਗਾ ਬਨਾਰਸ ਸਿੰਧੂਆਂ ਮੱਕਾ ਕਾਬਾ ਮੁਸਲਮਾਨੇ ਸੂਨਤ ਮੁਸਲਮਾਨ ਕੀ ਤਿਰਕ ਇੰਜੂ ਹਿੰਦੂ ਲੋ ਬਾਣੇ ਰਾਮ ਰਹੀਮ ਕਾਹੇ ਦੇ ਇੱਕ ਨਾਮ ਦੁਇਰਾ ਬੁਲਾਣੇ ਮਤਲਬ ਇੱਥੇ ਜਿਹੜੀ ਹੈ ਸਾਰੀ ਸਮੱਸਿਆ ਤੇ ਜਿਹੜੀ ਹੈ ਇੱਕ ਨਾਮ ਦੁਇਰਾ ਬੁਲਾਣੇ ਅਖੀਰ ਚ ਕਹਿੰਦੇ ਨੇ ਕਿ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੋਲ ਮਤਲਬ ਇਹ ਬੜਾ ਵੱਡਾ ਇੱਕ ਚੈਲੰਜ ਹੈ ਜਿਹੜਾ ਗੁਰਨਾਨਕ ਸਾਹਿਬ ਦੇਖ ਰਹੇ ਨੇ ਕਿ ਸਮਾਜ ਦੇ ਵਿੱਚ ਸਾਂਝ ਕਿਉਂ ਨਹੀਂ ਪੈਦਾ ਹੋ ਰਹੀ ਕਿ ਲੋਕੀ ਸੱਚ ਨਾਲ ਟੁੱਟ ਚੁੱਕੇ ਨੇ ਪਰਮਾਤਮਾ ਟੁੱਟ ਚੁੱਕੇ ਨੇ ਤੇ ਕਿਸੇ ਹੋਰ ਚੀਜ਼ ਨਾਲ ਜੁੜ ਚੁੱਕੇ ਨੇ ਉਹ ਚੀਜ਼ ਜਿਹੜੀ ਉਹਨਾਂ ਨੂੰ ਅੱਗੇ ਨਹੀਂ ਲੈ ਜਾ ਰਹੀ ਜਿਹੜੀ ਆਪਸ ਦੇ ਵਿੱਚ ਈਰਖਾ ਦੁਐਖ ਬੈਰ ਵਿਰੋਧ ਇਹ ਪੈਦਾ ਕਰ ਰਹੀ ਹੈ ਉਹ ਉਸ ਕਿਸਮ ਦੀ ਜਿਹੜੀ ਹੈ ਸਮਾਜ ਦੀ ਗੱਲ ਹੋ ਰਹੀ ਹੈ ਜਦੋਂ ਅਸੀਂ ਇੱਥੇ ਗੋਸ਼ਟੀ ਕਰਦੇ ਹਾਂ ਇਸ ਵਿਸ਼ੇ ਨੂੰ ਲੈ ਕੇ ਤਾਂ ਸਾਡੇ ਸਾਹਮਣੇ ਉਹ ਦੁਬਾਰਾ ਫੇਰ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜੀ ਸਮੱਸਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਆਏ ਨੇ ਇਸ ਧਰਤੀ ਦੇ ਉੱਤੇ ਤਾਂ ਅੱਜ ਸਾਨੂੰ ਦੁਬਾਰਾ ਫੇਰ ਉਹੀ ਗੋਸ਼ਟੀ ਕਰਨੀ ਪੈ ਰਹੀ ਹੈ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਨਾ ਪੈ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਸ ਪਾਸਿਓਂ ਜਿਸ ਪਾਸੇ ਲਾਇਆ ਸੀ ਜਿਸ ਥੀਜੋਂ ਬਾਹਰ ਕੱਢਿਆ ਸੀ ਅਸੀਂ ਕਿਤੇ ਉਸ ਪਾਸੇ ਤਾਂ ਨਹੀਂ ਤੁਰਦੇ ਜਾ ਰਹੇ ਜਦੋਂ ਬੀਵੀਸੀ ਵਾਲੇ ਗੁਰਦੁਆਰਿਆਂ ਦੀ ਲਿਸਟ ਦਿਖਾਉਂਦੇ ਨੇ ਸਾਨੂੰ ਗੁਰਦੁਆਰਿਆਂ ਦੀ ਇਹ ਜਿਹੜੀ ਹੈ ਡਾਕੂਮੈਂਟਰੀ ਦਿਖਾਉਂਦੇ ਨੇ ਤਾਂ ਉਹ ਦੱਸਦੇ ਨੇ ਕਿ ਲੱਗ ਲੱਗ ਨਾਮ ਦੇ ਉੱਤੇ ਜਿਹੜੇ ਗੁਰਦੁਆਰੇ ਜਾਤਾਂ ਦੇ ਨਾਮ ਦੇ ਉੱਤੇ ਗੁਰਦੁਆਰੇ ਬਣੇ ਹੋਏ ਨੇ ਤੇ ਅਖੀਰ ਦੇ ਵਿੱਚ ਸਵਾਲ ਕਰ ਦਿੰਦੇ ਨੇ ਕਿ ਕੀ ਸਿੱਖ ਧਰਮ ਜਾਤ ਪਾਤ ਵੱਲ ਨਹੀਂ ਵਧ ਰਿਹਾ ਸਾਡੇ ਸਾਹਮਣੇ ਸਮੱਸਿਆ ਅੱਜ ਵੀ ਲਗਭਗ ਉਹੀ ਹੈ ਇਸੇ ਕਰਕੇ ਸ਼ਾਇਦ ਸਾਨੂੰ ਗੁਰੂ ਨਾਨਕ ਸਾਹਿਬ ਨੂੰ ਵਾਰ-ਵਾਰ ਯਾਦ ਰੱਖਣ ਦੀ ਲੋੜ ਪੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਸੀ ਤੇ ਅਸੀਂ ਉਧਰੋਂ ਜਾਣਾ ਹੈ ਅਸੀਂ ਉਸ ਪਾਸੇ ਨੂੰ ਚਿੰਤਨ ਕਰਨਾ ਹੈ ਚਿੰਤਾ ਹੈ ਸਾਡੀ ਕਿ ਜਿਹੜੇ ਸਮਾਜ ਦੇ ਵੱਡੇ ਆਗੂ ਨੇ ਉਹਨਾਂ ਦੀ ਚਿੰਤਾ ਹੁੰਦੀ ਹੈ ਕਿ ਸਮਾਜ ਨੂੰ ਉਸ ਪਾਸੇ ਲਿਜਾਇਆ ਜਾਵੇ ਜਿਸ ਪਾਸੇ ਸਮਾਜ ਟੁੱਟਦਾ ਜਾ ਰਿਹਾ ਹੈ ਜਾਂ ਜੋ ਸਮਾਜ ਦਾ ਮੂਲ ਹੈ ਉਸ ਪਾਸੇੋਂ ਸਮਾਜ ਟੁੱਟਦਾ ਜਾ ਰਿਹਾ ਹੈ ਤੇ ਉਹਦੇ ਵੱਲ ਦੁਬਾਰਾ ਮੋੜਨਾ ਹੈ ਇਹ ਸੂਝਵਾਨ ਬੰਦੇ ਜਿਹੜੇ ਸਾਰੇ ਸਮਾਜ ਦੇ ਇਸ ਪਾਸੇ ਹਮੇਸ਼ਾ ਜਿਹੜੇ ਚਿੰਤਤ ਹੁੰਦੇ ਨੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਸੀ ਕਿ ਜਿਹੜੇ ਉਹਨਾਂ ਦੇ ਸਮੇਂ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਸਮਾਜ ਨੂੰ ਅੱਗੇ ਲੈ ਕੇ ਜਾਣ ਦੀ ਉਹ ਵਿਅਕਤੀ ਜਿਹੜੇ ਨੇ ਸਮਾਜ ਤੋਂ ਟੁੱਟ ਚੁੱਕੇ ਨੇ ਜਾਂ ਉਹ ਸਮਾਜ ਨੂੰ ਅਗਵਾਈ ਨਹੀਂ ਦੇ ਰਹੇ ਤਿੰਨ ਵੱਡੀਆਂ ਸ਼੍ਰੇਣੀਆਂ ਜਿਹੜੀਆਂ ਧਾਰਮਿਕ ਤੌਰ ਤੇ ਦਿਖਾਈ ਦਿੰਦੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਜਿਨ੍ਹਾਂ ਤੇ ਟਿੱਪਣੀ ਕਰਦੇ ਨੇ ਬੜੀ ਸਖਤ ਟਿੱਪਣੀਆਂ ਗੁਰੂ ਨਾਨਕ ਸਾਹਿਬ ਦੀ ਕਿ ਇਹਨਾਂ ਦਾ ਕੰਮ ਸੀ ਕਿ ਸਮਾਜ ਨੂੰ ਸੱਚੀ ਸਿੱਟਜੀ ਜਿਹੜੀ ਅਗਵਾਈ ਪ੍ਰਦਾਨ ਕਰਨਾ ਉਹ ਸੀ ਗੁਰੂ ਸਾਹਿਬ ਕਹਿੰਦੇ ਨੇ ਜੇ ਕੋ ਕਾਦੀ ਕੂੜ ਬੋਲ ਮਾਲ ਖਾਏ ਮਾਮਣ ਨਾਵੇ ਜੀਆਂ ਖਾਏ ਜੋਗੀ ਯੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਕਿ ਸਮਾਜ ਨੂੰ ਅੱਗੇ ਲਿਜਾਣ ਵਾਲਾ ਜਿਹੜਾ ਇਹਨਾਂ ਦਾ ਜਿਹੜਾ ਪ੍ਰਮੁੱਖ ਕੰਮ ਸੀ ਉਸ ਤੋਂ ਰੁੱਟ ਚੁੱਕੇ ਨੇ ਮਰੇ ਇਹ ਸਮੱਸਿਆ ਅੱਜ ਵੀ ਹੈ ਸਾਡੇ ਸਾਹਮਣੇ ਜੋ ਜੋ ਪਹਿਲਾਂ ਵੀ ਗੱਲ ਕੀਤੀ ਗਈ ਹੈ ਕਿ ਅ ਅਸੀਂ ਗੁਰੂ ਦਾ ਸਿੱਖ ਕਹਿਣ ਦੇ ਵਿੱਚ ਸ਼ਾਇਦ ਉਹਨਾ ਫਖਰ ਮਹਿਸੂਸ ਨਹੀਂ ਕਰਦੇ ਜਿੰਨਾ ਕਿਸੇ ਬਾਬੇ ਦਾ ਸਿੱਖ ਚਰਨ ਹਾਲੂ ਕਹਿਣਾ ਵਿੱਚ ਅਸੀਂ ਫਖਰ ਮਹਿਸੂਸ ਕਰਨ ਲੱਗੇ ਪਰ ਇਹ ਸਾਡੇ ਸਾਹਮਣੇ ਅੱਜ ਵੀ ਉਸ ਤਰ੍ਹਾਂ ਦੀ ਸਮੱਸਿਆ ਖੜਦੀ ਖੜੀ ਹੁੰਦੀ ਜਾ ਰਹੀ ਹੈ ਗੁਰੂ ਨਾਨਕ ਸਾਹਿਬ ਕੀ ਨੇ ਕੌਣ ਨੇ ਸਾਨੂੰ ਦੇਖਣ ਸਮਝਣ ਸੋਚਣ ਦੀ ਬਹੁਤੀ ਲੋੜ ਨਹੀਂ ਕਿਉਂਕਿ ਬਾਹਰ ਨਿਕਲ ਜਾਓ ਪਿੰਡਾਂ ਦੇ ਵਿੱਚ ਦੁੱਖੀ ਦੱਸ ਦਿੰਦੇ ਨੇ ਕਿ ਗੁਰਨਾਨਕ ਦਾ ਵਿਸ਼ਵਾਸ ਕੀ ਹੈ ਕਿਤਾਬਾਂ ਪੜ੍ਹਨ ਦੇ ਨਾਲ ਵਿਸ਼ਵਾਸ ਨਹੀਂ ਪੈਦਾ ਹੋਣਾ ਪਿੰਡ ਦੇ ਬੰਦੇ ਕੋਲ ਬੈਠ ਜਾਓ ਸਮੱਸਿਆ ਫਸਿਆ ਹੋਵੇ ਜਾਂ ਕਿਤੇ ਵੈਸੇ ਬੈਠੇ ਭਈ ਬਾਬਾ ਨਾਨਕ ਜਾਣਦਾ ਬਾਬਾ ਜਾਣਦਾ ਡਾਕਟਰ ਸੁਪਾਲ ਸਿੰਘ ਜੀ ਵਾਈਸ ਚਾਂਸਲਰ ਨੇ ਹਰੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਸਾਨੂੰ ਬੜੀ ਖੁੱਲ ਹੁੰਦੀ ਸੀ ਕਿ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ ਖੋਜ ਕਾਰਜ ਕਰੋ ਰਾਜਸਥਾਨ ਦੇ ਵੀ ਜਾਣ ਦਾ ਮੌਕਾ ਮਿਲਿਆ ਬਿਹਾਰ ਦੇ ਵੀ ਜਾਣ ਦਾ ਮੌਕਾ ਮਿਲਿਆ ਦੋ ਜਿਹੜੀਆਂ ਨੇ ਛੋਟੀ ਛੋਟੀਆਂ ਇਨਸੀਡੈਂਟ ਜਿਹੜੀਆਂ ਤੁਹਾਡੇ ਸਾਹਮਣੇ ਪਰ ਬੜੀਆਂ ਇੰਪੋਰਟੈਂਟ ਨੇ ਉਹ ਰੱਖਣੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਆ ਮੈਂ ਆਪਣੀ ਗੱਲ ਜਿਹੜੀ ਸਮਾਪਤ ਰਾਜਸਥਾਨ ਦੇ ਵਾਲਾ ਇਨਸੀਡੈਂਟ ਸੀ ਉਹ ਸੀ ਕਿ ਗੁਰਗੋਵਿੰਦ ਸਿੰਘ ਜੀ ਦੇ ਪ੍ਰਕਾਰ ਦੇ ਜਿਹੜੇ ਸਥਾਨ ਦੇਖਣ ਲਈ ਉਥੇ ਜਾਣ ਦਾ ਮੌਕਾ ਮਿਲਿਆ ਸੀ ਕਿ ਗੁਰਗੋਵਿੰਦ ਸਿੰਘ ਜੀ ਕਿਸ ਰੂਟ ਤੋਂ ਭਗੌਰ ਤੱਕ ਗਏ ਸੀ ਤੇ ਭਗੌਰ ਤੋਂ ਕਿਸ ਰੂਟ ਤੱਕ ਦਿੱਲੀ ਤੱਕ ਆਏ ਸੀ ਇੱਕ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਗੁਰੂ ਨਾਨਕ ਸਾਹਿਬ ਜਿਸ ਰੂਟ ਤੋਂ ਆਏ ਸਨ ਪੰਜਾਬ ਵੱਲ ਨੂੰ ਰਾਜਸਥਾਨ ਚ ਹੁੰਦੇ ਹੋਏ ਗੁਰੂ ਗੋਵਿੰਦ ਸਿੰਘ ਜੀ ਉਸੇ ਰੂਟ ਤੋਂ ਹੀ ਦੇਖਣ ਵੱਲ ਜਾ ਰਹੇ ਸੀ ਵੱਡਾ ਕਾਰਨ ਸ਼ਾਇਦ ਇਹ ਸੀ ਉਹਦੇ ਵਿੱਚ ਕਿ ਗੁਰੂ ਸਾਹਿਬ ਦੇ ਨਾਲ ਲੋਲਿਸ਼ ਕਰ ਸੀ ਲੋਲਿਸ਼ ਕਰ ਦੇ ਨਾਲ ਲਈ ਤੁਹਾਨੂੰ ਪ੍ਰਸ਼ਾਦੇ ਪਾਣੀ ਦੀ ਹੋਰ ਕਈ ਸਮੱਸਿਆਵਾਂ ਜਿਹੜੀਆਂ ਸਟੇਟ ਦੇ ਨਾਲ ਵੀ ਇੱਕ ਕਨਫਲਿਕਟ ਚੱਲ ਰਿਹਾ ਹੈ ਤੁਹਾਨੂੰ ਆਸ-ਪਾਸ ਦੀ ਜਾਣਕਾਰੀ ਵਾਲੇ ਵਿਅਕਤੀ ਵੀ ਚਾਹੀਦੇ ਨੇ ਇਸ ਕਰਕੇ ਗੁਰਨਾਨਕ ਸਾਹਿਬ ਜੀ ਸੂਟ ਤੋਂ ਆਏ ਸੀ ਉਹ ਸੂਟ ਤੋਂ ਗੁਰਗੋਵਿੰਦ ਸਿੰਘ ਜੀ ਰਾਜਸਥਾਨ ਦੇ ਵਿੱਚੋਂ ਜਾ ਰਹੇ ਸੀ ਜਦੋਂ ਲੱਭਦੇ ਲੱਭਦੇ ਕੁਝ ਸੋਹੀਵੇ ਤੱਕ ਦੇ ਲੱਭ ਜਾਂਦੇ ਨੇ ਸਥਾਨ ਕੋਸ਼ ਜਿੱਥੇ ਗੁਰਗੋਵਿੰਦ ਸਿੰਘ ਜੀ ਗਏ ਸੀ ਉਸ ਤੋਂ ਬਾਅਦ ਪੋਖਰਾਂ ਚਲੇ ਗਏ ਇੱਕ ਦਿਨ ਘੁੰਮਦੇ ਘੁੰਮਦੇ ਪੋਖਰਾਂ ਚਲੇ ਗਏ ਗੁਰੂ ਨਾਨਕ ਸਾਹਿਬ ਗਏ ਸੀ ਉੱਥੇ ਇੱਕ ਕਾਫੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਤੇ ਬਹੁਤਾ ਕੋਈ ਲੱਭ ਨਹੀਂ ਸਿਰਿਆ ਇੱਕ ਬਜ਼ੁਰਗ ਬੈਠੇ ਗੁਰਦੁਆਰੇ ਦੀ ਸੇਵਾ ਕਰ ਰਹੇ ਸੀ ਮੈਂ ਬਾਬਾ ਜੀ ਕਈ ਦਿਨ ਹੋ ਗਏ ਘੁੰਮਦੇ ਨੂੰ ਰਾਜਸਥਾਨ ਦੇ ਵਿੱਚ ਕਿਵੇਂ ਪਤਾ ਲੱਗੇ ਗੁਰੂ ਸਾਹਿਬ ਕਿੱਥੇ ਕਿੱਥੇ ਗਏ ਸੀਗੇ ਬੜੀ ਸਮੱਸਿਆ ਆਇਆ ਕੋਈ ਲੱਭ ਨਹੀਂ Rajasthan ਬਹੁਤ سارے ਸਥਾਨਾਂ ਦਾ ਜ਼ਿਕਰ ਸਾਡੇ ਇਤਿਹਾਸਕਾਰਾਂ ਨੇ ਕੀਤਾ ਹੋਇਆ ਹੈ ਪਰ ਜਿਹੜੇ ਜਿਸ ਜਿਸ ਰੂਟ ਤੇ ਗੁਰੂ ਸਾਹਿਬ ਗਏ ਸੀ ਉਹ ਰੂਟ ਨਹੀਂ ਹਾਲ ਤੱਕ ਸਾਡੇ ਕੋਲ ਆਇਡੈਂਟੀਫਾਈ ਹੋ ਸਕੇ ਕਈ ਰਾਜਸਥਾਨ ਵਾਲੇ ਵਿਸ਼ੇਸ਼ ਤੌਰ ਤੇ ਮੈਨੂੰ ਕਹਿੰਦਾ ਕਾਕਾ ਜੀ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਿਹਾ ਹਾਂ ਹੀ ਦੱਸ ਦਿਓ ਕਹਿੰਦਾ ਲੱਭ ਜਾਣਗੇ ਰੂਟ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਮੈਂ ਹੀ ਬੜਾ بڑا ਹੋ ਜੂਗਾ ਜੇ ਦੱਸ ਦਿਓਗੇ ਤੇ ਮੈਂ ਕਿਹਾ ਕਈ ਦਿਨ ਹੋ ਗਏ ਰੇਗਿਸਤਾਨ ਦੇ ਵਿੱਚ ਠਕ ਮਾਰਦਿਆਂ ਨੂੰ ਕਹਿੰਦਾ ਤੁਸੀਂ ਇਹ ਜਾਣੋ ਕਿ ਜਿਹੜੇ ਜਿਹੜੇ ਖੂਹ ਮਿੱਠੇ ਨੇ ਗੁਰੂ ਸਾਹਿਬ ਉਹ ਕਿੱਥੇ ਗਏ ਨੇ ਉਹ ਖੂਹ ਲੱਭ ਲੋ ਇਹ ਗੁਰੂ ਇਹ ਗੁਰੂ ਨਾਨਕ ਦੇਵ ਜੀ ਜਦੋਂ ਗਏ ਨੇ ਉਸ ਰੂਟ ਦੇ ਉੱਤੇ ਤਾਂ ਬਹੁਤ ਸਾਰੇ ਖੂਹ ਹੁਣ ਵੀ ਨੇ ਗੁਰਗੋਮਸ਼ੀਰ ਜਿੱਥੇ ਗਏ ਨੇ ਹੁਣ ਵੀ ਇੱਥੇ ਖੂਹ ਹੈਗੇ ਨੇ ਅੰਮ੍ਰਿਤ ਕੁਈ ਰੱਖਿਆ ਕਿਸੇ ਦਾ ਨਾਂ ਕਿਸੇ ਦਾ ਨਾ ਕੁਝ ਰੱਖਿਆ ਹੋਇਆ ਉਹਨਾਂ ਖੂਹਾਂ ਅਜੇ ਵੀ ਪਾਣੀ ਉਹਨਾਂ ਖੂਹਾਂ ਦੇ ਵਿੱਚੋਂ ਨਿਕਲਦਾ ਰਾਜਸਥਾਨ ਦੇ ਵਿੱਚ ਅਜੇ ਵੀ ਹਾਲੇ ਜੀ ਹਾਲ ਦੀ ਘੜੀ ਵੀ ਪਰ ਇਹ ਇੱਕ ਗੁਰਨਾਨਕ ਨੇ ਜਦੋਂ ਜਾਣਦੇ ਨੇ ਕਿਉਂਕਿ ਉਹਨਾਂ ਲਈ ਕੋਈ ਪੰਥ ਨਹੀਂ ਹੈ ਕੋਈ ਕੁਝ ਨਹੀਂ ਹੈ ਉਹਨਾਂ ਦੇ ਪ੍ਰਮਾਤਮਾ ਦਾ ਸੰਦੇਸ਼ ਹੈ ਉਹਨਾਂ ਕੋਲ ਤੇ ਉਹ ਸੰਦੇਸ਼ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਨੇ ਬਖਸ਼ਿਆ ਕਿ ਉਹ ਸੰਦੇਸ਼ ਲੈ ਕੇ ਤੂੰ ਲੋਕਾਂ ਤੱਕ ਜਾ ਲੋਕਾਂ ਨੂੰ ਸੱਚ ਨਾਲ ਜੋੜੋ ਕਿਉਂਕਿ ਲੋਕਾਂ ਦੇ ਵਿੱਚੋਂ ਸੱਚ ਮਾਇਨਸ ਹੋ ਚੁੱਕਿਆ ਹੈ ਜਪਜੀ ਬਾਣੀ ਰੋਜ਼ਾਨਾ ਪੜ੍ਹਦੇ ਆਂ ਅਸੀਂ ਜਿਹੜੀ ਸਮੱਸਿਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਹੈ ਜਪਜੀ ਸਾਹਿਬ ਦੇ ਵਿੱਚ ਪਹਿਲਾ ਹੀ ਸਵਾਲ ਆ ਇਹੋ ਜਿਹੜਾ ਗੁਰਗਾਂ ਸਾਹਿਬ ਦੇ ਵਿੱਚ ਲਗਾਤਾਰ ਸਾਨੂੰ ਉਹਦਾ ਜਿਹੜਾ ਵਿਸਤਾਰ ਦੇਖਣ ਨੂੰ ਮਿਲਦਾ ਉਹਦਾ ਜਵਾਬ ਸੁਣਨ ਨੂੰ ਮਿਲਦਾ ਹੈ ਜਾਂ ਪੜ੍ਹਨ ਨੂੰ ਮਿਲਦਾ ਹੈ ਪਹਿਲੀ ਸਮੱਸਿਆ ਗੁਰੂ ਸਾਹਿਬ ਦੇਹੀ ਹੈ ਕਿ ਕਿੰਮ ਸਚਾਰਾ ਹੋਈ ਹੈ ਕਿੰ ਕੂੜੇ ਟੁੱਟੇ ਪਾਲ ਮੇਜ ਕੂੜ ਦੀ ਪਾਲ ਕੰਧ ਟੁੱਟ ਜੇ ਤੇ ਫੇਰ ਕੋਈ ਵਖਰੇਵੇਂ ਰਹਿੰਦੇ ਨਹੀਂ ਹਨ ਇਹ ਇਹ ਬੜੀ ਵੱਡੀ ਇੱਕ ਜਿਹੜੀ ਹੈ ਗੁਰਨਾਨਕ ਸਾਹਿਬ ਨੇ ਜਿਹੜੀ ਸਾਨੂੰ ਪਹਿਲਾ ਕੁਐਸਚਨ ਸਾਡੇ ਸਾਹਮਣੇ ਰੱਖਿਆ ਹੈ ਕਿ ਇਹ ਸਮੱਸਿਆ ਹੈ ਜਿਹਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਵਹੀਂ ਪ੍ਰਵੇਸ਼ ਤੋਂ ਪਹਿਲਾਂ ਸਾਰੇ ਜਾਣਦੇ ਸੀ ਕਿ ਗੁਰਨਾਨ ਜਨਮ ਸਾਖੀਆਂ ਦੇ ਵਿੱਚ ਵੀ ਆਉਂਦਾ ਹੈ ਕਿ ਪ੍ਰਮਾਤਮਾ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਪ੍ਰਾਪਤ ਕੀਤੀ ਹੈ ਉਹ ਬਖਸ਼ਿਸ਼ ਦਾ ਜਿਹੜਾ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜਗ੍ਹਾ ਤੇ ਆਇਆ ਗੁਰੂ ਨਾਨਕ ਦੇਵ ਜੀ ਵੀ ਦੱਸਦੇ ਨੇ ਉਹ ਪੂਰਾ ਦਾ ਪੂਰਾ ਸ਼ਬਦ ਹੈ ਹੌਂਟਾ ਢੀ ਵੇਕਾਰ ਕਾਰੇ ਲਾਇਆ ਰਾਧਿਓ ਕਾ ਵਾਰਤੋ ਲਾ ਫਰਮਾਇਆ ਮਤਲਬ ਕਿ ਇਹ ਉਹ ਉਸ ਤੋਂ ਰਵਾ ਭਾਈ ਗੁਰਦਾਸ ਸਿੰਘ ਵਾਰਾ ਨੇ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਕਿ ਪਹਿਲਾਂ ਬਾਬਾ ਗੁਰਨਾਨ ਦੇਵ ਜੀ ਨੇ ਬਖਸ਼ੀ ਦਾ ਦਰਬਾਬਦ ਕੀਤਾ ਜਨਮ ਸਾਖੀਆਂ ਆ ਗਈਆਂ ਅੱਗੇ ਸਾਡੇ ਕੋਲ ਜਨਮ ਸਾਖੀਕਾਰ ਦਾ ਕਰਤਾ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਗਏ ਉੱਥੇ ਜੋ ਸਵਾਲ ਜਵਾਬ ਹੋਏ ਉਸ ਤੋਂ ਬਾਅਦ ਇੱਕ ਜੋ ਪੰਕਤੀ ਜਿਹੜੀ ਲਾਈਨ ਜਿਹੜੋ ਉਹਦੇ ਵਿੱਚ ਦਰਜ ਹੈ ਕਿ ਕਾਲਪੁਰ ਕਹਿ ਰਿਹਾ ਗੁਰਨਾਨਕ ਸਾਹਿਬ ਨੂੰ ਕਿ ਮੈਂ ਪਾਰਬ੍ਰਹਮ ਪਰਮੇਸ਼ਰ ਤੂੰ ਗੁਰੂ ਪਰਮੇਸ਼ਰ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ ਮਤਲਬ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਸ਼ ਦਾ ਦਰਪਾਤ ਪ੍ਰਾਪਤ ਹੋਇਆ ਅਕਾਲ ਪੁਰਖ ਦੀ ਤੇ ਦਰਗਾਹ ਦੇ ਵਿੱਚੋਂ ਜਾਂ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਦਾ ਜੋ ਅਨੁਭਵ ਹੈ ਉਹਦੇ ਵਿੱਚੋਂ ਫਿਰ ਉਹ ਜਿਹੜਾ ਗੁਰੂ ਨਾਨਕ ਸਾਹਿਬ ਸਾਰੀਆਂ ਉਦਾਸੀਆਂ ਦੇ ਵਿੱਚੋਂ ਝਲਕਾਰੇ ਮਾਰਦਾ ਕਿ ਗੁਰੂ ਸਾਹਿਬ ਕਿਸ ਉਦੇਸ਼ ਦੇ ਲਈ ਉਦਾਸੀਆਂ ਕਰ ਰਹੇ ਨੇ ਵਿਅਕਤੀ ਵਿਸ਼ੇਸ਼ ਸਾਹਮਣੇ ਨਹੀਂ ਹੈ ਕੋਈ ਸੰਸਥਾ ਸਾਹਮਣੇ ਨਹੀਂ ਹੈ ਕੋਈ ਆਪਣਾ ਪੰਥ ਸਾਹਮਣੇ ਨਹੀਂ ਹੈ ਸਿਰਫ ਸਿਰਫ ਮਨੁੱਖਤਾ ਮਾਨਵਤਾ ਸਾਹਮਣੇ ਹੈ ਗੁਰੂ ਸਾਹਿਬ ਸਾਹਮਣੇ ਕੋਣਾ ਮਾਨਵਤਾ ਮੈਨੂੰ ਖ ਸਾਹਮਣੇ ਆ ਕਿ ਮਨੁੱਖਾ ਮਾਤਰ ਦੀ ਭਲਾਈ ਕਰਨੀ ਹੈ ਤੇ ਪਰਮਾਤਮਾ ਨਾਲ ਜੋੜਨਾ ਹੈ ਇਹ ਉਦੇਸ਼ ਹੈ ਗੁਰੂ ਨਾਨਕ ਸਾਹਿਬ ਦਾ ਬਿਹਾਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਬਿਹਾਰ ਦੇ ਵਿੱਚ ਸਸाराम ਹੈ ਜਗਾ ਜਿਹੜਾ ਵੀ ਉਹ ਤੇ ਗੁਰਦੁਆਰਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਥੇ ਚਾਚਾ ਫੱਗੂ ਮਾਲ ਦਾ ਗੁਰਦੁਆਰਾ ਹੈ ਨੌਵੀਂ ਜੋਤ ਗੁਰਨਾਨਕ ਦੀ ਜਿਹੜੇ ਚਾਚਾ ਫੱਗੂ ਬਾਲ ਸੀ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਉੱਥੇ ਬੈਠੇ ਨੇ ਜਾਂ ਉਹਨਾਂ ਦੇ ਉਸ ਤੋਂ ਬਾਅਦ ਪਰੰਪਰਾ ਚੱਲੀ ਆ ਰਹੀ ਹੈ ਚਾਚਾ ਫਗੂ ਮਾਨੂੰ ਪਤਾ ਹੈ ਕਿ ਗੁਰਤੇਗ ਬਾਦਰ ਸਾਹਿਬ ਗੁਰਨਾਨਕ ਦੀ ਜਿਹੜੀ ਹੈ ਜੋਤ ਨੇ ਮੇਰੇ ਕੋਲ ਆਉਣਗੇ ਆਉਂਦੇ ਨੇ ਗੁਰਤੇਗ ਬਾਦਰ ਸਾਹਿਬ ਬਹੁਤ ਸਤਿਕਾਰ ਕਰਦੇ ਨੇ ਤੇ ਪੂਰੇ ਬਿਹਾਰ ਦੇ ਵਿੱਚ ਇੱਕ ਗੱਲ ਦਾ ਜਿਹੜਾ ਹੈ ਹੁਣ ਮੌਜੂਦਾ ਸਮੇਂ ਦੀ ਗੱਲ ਕਰ ਰਿਹਾ ਮੈਂ ਮੌਜੂਦਾ ਸਮੇਂ ਦੇ ਬਿਹਾਰ ਦੇ ਵਿੱਚ ਕੀ ਸਥਿਤੀ ਹੈ ਉਹਨਾਂ ਲਈ ਗੁਰਤੇਗ ਬਹਾਦਰ ਸਾਹਿਬ ਦਾ ਕੀ ਸਥਾਨ ਹੈ ਅੱਜ ਵੀ ਚੱਲੇ ਜਾਓ ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਬਡੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਤੇ ਹਰ ਸਿੱਖ ਸਰਦਾਰ ਹਰ ਛੋਟਾ ਬੱਚੇ ਨੂੰ ਪੁੱਛੋ ਕੀ ਨਾਂ ਹੈ ਤੇਰਾ ਮੇਰਾ ਨਾਂ ਸਰਦਾਰ ਫਰਨਾ ਸੀ ਅਸੀਂ ਸਰਦਾਰ ਲਾਉਣ ਤੋਂ ਸ਼ਰਧ ਪੱਤ ਗਈ ਇਹ ਇਸ ਤਰ੍ਹਾਂ ਦੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਂ ਗੁਰੂ ਨਾਨਕ ਜੋਗ ਦੀ ਜਿਹੜੀ ਹੈ ਉਹ ਸਾਨੂੰ ਮਿਲਦੀ ਹੈ ਬਿਹਾਰ ਦੇ ਵਿੱਚ ਫੇਰ ਜਾਣ ਦਾ ਮੌਕਾ ਮਿਲਿਆ ਲਗਾਤਾਰ ਕਈ ਵਾਰ ਜਾਣ ਦਾ ਮੌਕਾ ਮਿਲਿਆ ਰੀਸੈਂਟਲੀ ਪਿਛਲੇ ਕੁਝ ਸਮੇਂ ਪਹਿਲਾਂ ਗਿਆ ਤਾਂ ਉੱਥੇ ਰਾਜਗੀਰ ਜਾਣ ਦਾ ਮੌਕਾ ਮਿਲਿਆ ਉੱਥੇ ਮਹੰਤ ਸਾਗਰਦਾਸ ਜੀ ਨੇ ਅੰਮ੍ਰਿਤਸਰ ਸੰਗਲ ਵਾਲੇ ਖਾੜੇ ਦੇ ਉਹ ਉਹਨਾਂ ਨੂੰ ਪੁੱਛਿਆ ਬਾਬਾ ਜੀ ਵੀ ਤੁਸੀਂ ਦੱਸੋ ਵੀ ਇੱਥੇ ਉਦਾਸੀਆਂ ਦੇ ਕੀ ਸਥਿਤੀ ਹੈ ਅੱਜ ਦੀ ਰੇਟ ਚ ਕਿਸੇ ਵੇਲੇ ਅਸੀਂ ਬੁਕਾਨਾਂ ਦੀ ਕਿਤਾਬ ਪੜ੍ਹਦੇ ਸੀ ਜਦੋਂ 1812 ਪਾ 14 ਦੀਆਂ ਗੱਲਾਂ ਪੜ੍ਹਦੇ ਸੀ ਜਦੋਂ ਤਾਂ ਉਦੋਂ ਬੁਕਾਨਾਂ ਦੀਆਂ ਕਿਤਾਬਾਂ 'ਚ ਆਉਂਦਾ ਸੀ ਜਾਂ ਕਿ ਗੁਰੂ ਹਰਾਈ ਸਾਹਿਬ ਦੇ ਬਾਅਦ ਜਿਹੜੀ ਸਿੱਖੀ ਪਰਹੁਲਤੋ ਹੀ ਬਿਹਾਰ ਦੇ ਵਿੱਚ 360 ਡੇਰੇ ਜਿਹੜੇ ਨੇ ਉੱਥੇ ਉਦਾਸੀਆਂ ਦੇ ਮੌਜੂਦ ਨੇ ਇਹ ਪੜ੍ਹਦੇ ਸੀ ਅਸੀਂ ਮੁਖਾਨੰਦ ਦੀ ਕਿਤਾਬ ਚੋਂ ਹੁਣ ਗਿਆ ਹੁਣ ਹੁਣ ਗਿਆ ਜਾਣ ਦਾ ਮੌਕਾ ਮਿਲਿਆ ਇਹ ਜਾ ਕੇ ਪਤਾ ਲੱਗਿਆ ਮੰਤ ਜੀ ਨੂੰ ਪੁੱਛਿਆ ਕਿ ਮੰਤ ਜੀ ਹੁਣ ਕੀ ਪੋਜੀਸ਼ਨ ਹੈ ਇਹ ਉਦਾਸੀ ਸੰਪਰਦਾਏ ਦੀ ਬਿਹਾਰ ਦੇ ਵਿੱਚ ਮੰਤ ਜੀ ਕਹਿਣ ਲੱਗੇ 1000 ਡੇਰਾ ਉਦਾਸੀਆਂ ਦਾ ਬਿਹਾਰ ਦੇ ਵਿੱਚ ਹਲੇ ਵੀ ਮੌਜੂਦ ਹੈ ਜਿਹੜਾ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਮ ਮਨਾਉਂਦਾ ਹੈ ਤੇ ਬਾਬਾ ਸ਼੍ਰੀ ਚੰਦਾ ਜਨਮ ਦਿਨ ਮਨਾਉਂਦਾ ਹੈ ਇਹ ਪੋਜੀਸ਼ਨ ਹੈ ਮਿਲ ਕੇ ਬਿਹਾਰ ਦੇ ਵਿੱਚ ਚੀਫ ਸੈਕਟਰੀ ਬਣ ਕੇ ਇੱਕ ਵਾਰੀ ਨਾਨਕ ਪੰਥੀ ਔਰ 1959 ਦੇ ਵਿੱਚ ਉਹਨਾਂ ਦੀ ਇੱਕ ਜਿਹੜੀ ਸਟੇਟਮੈਂਟ ਹੈ ਮੇਰੇ ਕੋਲ ਉਹ ਦੱਸਦੇ ਨੇ ਕਿ 1 ਕਰੋੜ ਪਾਪੂਲੇਸ਼ਨ ਜਿਹੜੀ ਹੈ ਬਿਹਾਰ ਦੀ ਉਹ ਨਾਨਕ ਨਾਮ ਲੈਵਾ ਸੀ 1959 ਦੀ ਸਟੇਟਮੈਂਟ ਹੈ ਮਰ ਇਹ ਗੁਰਨਾਨਕ ਹੈ ਗੁਰਨਾਨਕ ਜਿਹਦੇ ਪਿੱਛੇ ਅਸੀਂ ਤਾਂ ਸ਼ਾਇਦ ਸੀਮਤ ਸੰਕੁਚਿਤ ਕਰਦਾ ਕੁਰਨਾਨਕ ਨੂੰ ਆਪਣੇ ਤੱਕ ਸੀਮਤ ਕਰਨ ਦੀ ਯਤਨ ਕਰ ਰਹੇ ਆ ਪਰ ਬਾਬਾ ਨਾਨਕ ਕੀ ਹੈ ਸਿਕਲੀਆਂ ਕਰਾਂ ਨੂੰ ਪੁੱਛੋ ਬੰਗਾਲੀਆਂ ਨੂੰ ਪੁੱਛੋ ਭਾਰਤ ਦੇ ਦੂਜੇ ਕੋਨਿਆਂ ਦੇ ਵਿੱਚ ਬੈਠੇ ਨੇ ਜਿਹੜੀਆਂ ਸਿੱਖ ਕਮਿਊਨਿਟੀਜ਼ ਨੇ ਜਿਹੜੀਆਂ ਜਾਂ ਨੌਨ ਸਿੱਖ ਕਮਿਊਨਿਟੀ ਨੇ ਜਿਹੜੀਆਂ ਨਾਨਕ ਨਾਮ ਲੈਵਾ ਕਮਿਊਨਿਟੀਜ਼ ਨੇ ਉਹਨਾਂ ਤੋਂ ਪੁੱਛੋ ਨਾਨਕ ਕੌਣ ਸੀ ਉਹਨਾਂ ਲਈ ਤੇ ਨਾਨਕ ਜਿਹੜਾ ਹੈ ਉਹੀ ਹੈ ਜਿਹੜਾ ਹਰ ਵਕਤ ਉਹਨਾਂ ਦੇ ਅੰਗ ਸੰਗ ਹੈ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ